ਸ਼ਿਵ ਸੈਨਾ ਪੰਜਾਬ ਦੇ ਸਮੂਹ ਮੈਂਬਰਾਂ ਦੀ ਇੱਕ ਅਹਿਮ ਮੀਟਿੰਗ ਸ਼੍ਰੀ ਹਨੂੰਮਾਨਗੜ੍ਹੀ ਮੰਦਰ ਚੀਟੀ ਰੋਡ ਫਗਵਾੜਾ ਵਿਖੇ ਹੋਈ, ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਸ਼ਿਵ ਸੈਨਾ ਪੰਜਾਬ ਦੇ ਪ੍ਰਮੁੱਖ ਸੰਜੀਵ ਧਨੌਲੀ ਅਤੇ ਚੇਅਰਮੈਨ ਰਾਜੀਵ ਟੰਡਨ ਨੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਜਿੱਥੇ ਵੱਖ ਵੱਖ ਮੁੱਦਿਆਂ 'ਤੇ ਅਹਿਮ ਵਿਚਾਰ ਚਰਚਾ ਹੋਈ, ਉੱਥੇ ਹੀ ਰਾਸ਼ਟਰੀ ਪ੍ਰਧਾਨ ਸੰਜੀਵ ਧਨੌਲੀ ਅਤੇ ਚੇਅਰਮੈਨ ਰਾਜੀਵ ਟੰਡਨ ਨੇ ਆਖਿਆ ਕਿ ਲੁਧਿਆਣਾ ਵਿਖੇ ਬੀਤੇ ਦਿਨੀ ਸੰਦੀਪ ਥਾਪੜ 'ਤੇ ਹੋਏ ਹਮਲੇ ਤੋਂ ਬਾਅਦ ਸਮੂਹ ਹਿੰਦੂ ਸੰਗਠਨਾਂ ਨੂੰ ਇੱਕ ਮੰਚ 'ਤੇ ਇਕੱਠਾ ਕਰਨ ਦੇ ਮਕਸਦ ਨਾਲ ਹਿੰਦੂ ਜਾਗੋ ਤਹਿਤ ਲੁਧਿਆਣਾ ਵਿਖੇ ਮੀਟਿੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਹੁਣ ਅਗਲੀ ਮੀਟਿੰਗ ਅੰਮ੍ਰਿਤਸਰ ਵਿਖੇ ਹੋਵੇਗੀ। ਉਹਨਾਂ ਆਖਿਆ ਕਿ ਉਹਨਾਂ ਦਾ ਮੁੱਖ ਮਕਸਦ ਹਿੰਦੂ ਸੰਗਠਨਾਂ ਨੂੰ ਇਕੱਠਾ ਕਰਕੇ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਹਿਮ ਵਿਚਾਰ ਵਟਾਂਦਰਾ ਕਰਨਾ ਹੈ। ਉਹਨਾਂ ਸਮੂਹ ਹਿੰਦੂ ਸੰਗਠਨਾਂ ਨੂੰ ਇੱਕ ਮੰਚ 'ਤੇ ਇਕੱਠੇ ਹੋਣ ਦੀ ਅਪੀਲ ਕੀਤੀ। ਇਸ ਮੌਕੇ 'ਤੇ ਇੰਦਰਜੀਤ ਕਰਬਲ, ਅੰਕੁਰ ਬੇਦੀ, ਬਿਪਨ ਸ਼ਰਮਾ, ਬੱਬੂ ਚੋਪੜਾ ਤੋਂ ਇਲਾਵਾ ਹੋਰ ਮੈਂਬਰ ਵੀ ਮੌਜੂਦ ਸਨ। ਹਾਂਜੀ, ਲੁਧਿਆਣਾ ਦੇ ਸੰਦੀਪ ਥਾਪਰ ਦੇ ਹਮਲੇ ਤੋਂ ਬਾਅਦ ਇੱਕ ਆਵਾਜ਼ ਉੱਠੀ ਲੋਕਾਂ ਦੇ ਮਨ ਵਿੱਚ, ਲੋਕਾਂ ਦੇ ਦਿਲ ਵਿੱਚ ਆਈ, ਕਿਉਂ ਨਾ ਅਸੀਂ ਆਪਣੇ ਸਮਾਜ ਨੂੰ ਇਕੱਠਾ ਕਰੀਏ, ਕਿਉਂ ਨਾ ਅਸੀਂ ਆਪਣੀ ਹਿੰਦੂ ਸ਼ਕਤੀ ਇਕੱਠੀ ਕਰੀਏ, ਕਿਉਂ ਨਾ ਆਪਣੇ ਸਮਾਜ 'ਚ ਅਸੀਂ ਇੱਕ ਜਾਗਰਤੀ ਲੈ ਕੇ ਆਈਏ। ਉਸ ਨੂੰ ਲੈ ਕੇ ਇੱਕ ਲੁਧਿਆਣਾ ਮੀਟਿੰਗ ਰੱਖੀ ਗਈ ਸੀ। ਅੱਜ ਦੂਜੀ ਮੀਟਿੰਗ ਸਾਡੀ ਜਾਗੋ ਹਿੰਦੂ ਸ਼ਕਤੀ ਨੂੰ ਇਕੱਠਾ ਕਰਨ ਲਈ ਅੰਮ੍ਰਿਤਸਰ ਦੇ ਵਿੱਚ ਰੱਖੀ ਗਈ ਹੈ। ਉਹਨੂੰ ਲੈ ਕੇ ਅਸੀਂ ਸਾਰੇ ਪੰਜਾਬ ਤੋਂ ਵੀ ਨੇਤਾਗਣ ਵਰਮਿੰਦ ਸਰ ਅਲੱਗ ਅਲੱਗ ਸ਼ਹਿਰਾਂ 'ਚੋਂ ਨੇਤਾਗਣ ਉੱਥੇ ਪਹੁੰਚ ਰਹੇ ਨੇ ਅੰਮ੍ਰਿਤਸਰ, ਤਾਂ ਕਿ ਆਪਸ 'ਚ ਬੈਠ ਕੇ ਵਿਚਾਰ ਵਿਮਰਸ਼ ਕਰੀਏ ਵੀ ਅਸੀਂ ਸਮਾਜ ਨੂੰ ਕਿੱਦਾਂ ਇਕੱਠਾ ਕਰਕੇ ਇੱਕ ਸ਼ਕਤੀ ਬਣਾ ਸਕਦੇ ਹਾਂ। ਜਕਾਰਾ ਵੀਰ ਬਜਰੰਗ। ਸ਼ਿਵ ਸੈਨਾ ਪੰਜਾਬ ਤੋਂ ਇਲਾਵਾ ਪੰਜਾਬ ਦੇ ਵਿੱਚ ਜਿੰਨੀਆਂ ਵੀ ਸ਼ਿਵ ਸੈਨਾ ਜਿੰਨੇ ਹਿੰਦੂ ਸੰਗਠਨ ਨੇ ਸਾਰਿਆਂ ਨੂੰ ਅੱਜ ਅਸੀਂ ਇੱਕ ਮੰਚ 'ਤੇ ਇਕੱਠੇ ਕਰ ਰਹੇ ਨੇ। ਸੰਦੀਪ ਥਾਪੜ ਤੋਂ ਬਾਅਦ ਇੱਕ ਮੀਟਿੰਗ ਲੁਧਿਆਣੇ ਹੋਈ ਸੀ, ਲੁਧਿਆਣੇ ਤੋਂ ਬਾਅਦ ਅੱਜ ਅਗਲੀ ਮੀਟਿੰਗ ਅੰਮ੍ਰਿਤਸਰ, ਹਿੰਦੂ ਜਾਗੋ ਮੀਟਿੰਗ ਅੰਮ੍ਰਿਤਸਰ ਜਾ ਰਹੇ ਨੇ। ਬੜੀ ਖੁਸ਼ੀ ਦੀ ਗੱਲ ਆ ਵੀ ਸਾਡਾ ਪੂਰਾ ਸਮਾਜ, ਅਲੱਗ ਅਲੱਗ ਜਥੇਬੰਦੀਆਂ ਜਿਹੜੇ ਕੰਮ ਕਰਦੇ ਸੀ ਹਿੰਦੂ ਸਮਾਜ ਦੇ ਲੋਕ, ਚਾਹੇ ਉਹ ਸ਼ਿਵ ਸੈਨਾ 'ਚ ਹਿੰਦੂ ਸੁਰੱਖਿਆ ਸਮਿਤੀ ਹੋਵੇ, ਬਜਰੰਗ ਦਲ ਹੋਵੇ, ਅੱਜ ਸਾਡਾ ਸਮਾਜ ਇੱਕ ਮੰਚ 'ਤੇ ਇਕੱਠਾ ਹੋ ਗਿਆ। ਇੱਕ ਮੰਚ 'ਤੇ ਇਕੱਠੇ ਹੋ ਕੇ ਪੰਜਾਬ ਦੇ ਵਿੱਚ ਇੱਕ ਐਸੀ ਆਵਾਜ਼ ਬੁਲੰਦ ਕਰਾਂਗੇ ਵੀ ਪੰਜਾਬ ਦੇ ਵਿੱਚ ਜੋ ਹਿੰਦੂ ਸਮਾਜ ਨਾਲ ਮਤਈਮਾਂ ਵਾਲਾ ਸਲੂਕ ਕੀਤਾ ਜਾ ਰਿਹਾ, ਸਾਡਾ ਅੱਜ ਪ੍ਰਸ਼ਾਸਨ ਹੋਵੇ ਚਾਹੇ ਸਰਕਾਰ ਹੋਵੇ ਹਿੰਦੂਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਆ, ਅੱਜ ਅਸੀਂ ਹਿੰਦੂ ਇੱਕ ਮੰਚ 'ਤੇ ਇਕੱਠੇ ਹੋ ਕੇ ਆਪਣਾ ਹੱਕ ਲੈਣ ਵਾਸਤੇ ਉਸ ਮੀਟਿੰਗ 'ਚ ਜਾ ਰਹੇ ਹਾਂ। ਜੈਕਾਰਾ ਵੀਰ ਬਜਰੰਗੇ। ਸ਼ਿਵ ਸੈਨਾ ਪੰਜਾਬ ਦੇ ਸਮੂਹ ਮੈਂਬਰਾਂ ਦੀ ਇੱਕ ਅਹਿਮ ਮੀਟਿੰਗ ਸ਼੍ਰੀ ਹਨੂੰਮਾਨਗੜ੍ਹੀ ਮੰਦਰ ਚੀਟੀ ਰੋਡ ਫਗਵਾੜਾ ਵਿਖੇ ਹੋਈ, ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਸ਼ਿਵ ਸੈਨਾ ਪੰਜਾਬ ਦੇ ਪ੍ਰਮੁੱਖ ਸੰਜੀਵ ਧਨੌਲੀ ਅਤੇ ਚੇਅਰਮੈਨ ਰਾਜੀਵ ਟੰਡਨ ਨੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਜਿੱਥੇ ਵੱਖ ਵੱਖ ਮੁੱਦਿਆਂ 'ਤੇ ਅਹਿਮ ਵਿਚਾਰ ਚਰਚਾ ਹੋਈ, ਉੱਥੇ ਹੀ ਰਾਸ਼ਟਰੀ ਪ੍ਰਧਾਨ ਸੰਜੀਵ ਧਨੌਲੀ ਅਤੇ ਚੇਅਰਮੈਨ ਰਾਜੀਵ ਟੰਡਨ ਨੇ ਆਖਿਆ ਕਿ ਲੁਧਿਆਣਾ ਵਿਖੇ ਬੀਤੇ ਦਿਨੀ ਸੰਦੀਪ ਥਾਪੜ 'ਤੇ ਹੋਏ ਹਮਲੇ ਤੋਂ ਬਾਅਦ ਸਮੂਹ ਹਿੰਦੂ ਸੰਗਠਨਾਂ ਨੂੰ ਇੱਕ ਮੰਚ 'ਤੇ ਇਕੱਠਾ ਕਰਨ ਦੇ ਮਕਸਦ ਨਾਲ ਹਿੰਦੂ ਜਾਗੋ ਤਹਿਤ ਲੁਧਿਆਣਾ ਵਿਖੇ ਮੀਟਿੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਹੁਣ ਅਗਲੀ ਮੀਟਿੰਗ ਅੰਮ੍ਰਿਤਸਰ ਵਿਖੇ ਹੋਵੇਗੀ। ਉਹਨਾਂ ਆਖਿਆ ਕਿ ਉਹਨਾਂ ਦਾ ਮੁੱਖ ਮਕਸਦ ਹਿੰਦੂ ਸੰਗਠਨਾਂ ਨੂੰ ਇਕੱਠਾ ਕਰਕੇ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਹਿਮ ਵਿਚਾਰ ਵਟਾਂਦਰਾ ਕਰਨਾ ਹੈ। ਉਹਨਾਂ ਸਮੂਹ ਹਿੰਦੂ ਸੰਗਠਨਾਂ ਨੂੰ ਇੱਕ ਮੰਚ 'ਤੇ ਇਕੱਠੇ ਹੋਣ ਦੀ ਅਪੀਲ ਕੀਤੀ। ਇਸ ਮੌਕੇ 'ਤੇ ਇੰਦਰਜੀਤ ਕਰਬਲ, ਅੰਕੁਰ ਬੇਦੀ, ਬਿਪਨ ਸ਼ਰਮਾ, ਬੱਬੂ ਚੋਪੜਾ ਤੋਂ ਇਲਾਵਾ ਹੋਰ ਮੈਂਬਰ ਵੀ ਮੌਜੂਦ ਸਨ।